ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਦੇਰ ਰਾਤ ਸ਼ਰਾਬੀ ਕਾਰ ਚਾਲਕ ਨੇ ਹੰਗਾਮਾ ਮਚਾਇਆ ਇਸ ਤਰੀਕੇ ਦੇ ਨਾਲ ਕਿ ਉੱਥੇ ਇਹ ਦੇਖ ਲਓ ਕੀ ਹਾਲ ਹੋ ਚੁੱਕਿਆ। ਕਾਰ ਚਾਲਕ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਅਤੇ ਤੇਜ਼ ਰਫ਼ਤਾਰ ਦੇ ਨਾਲ ਕਾਰ ਭਜਾਉਂਦੇ ਸਮੇਂ ਉਸਨੇ ਬਿਜਲੀ ਦੇ ਖੰਭੇ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਤੋਂ ਬਾਅਦ ਬਿਜਲੀ ਦੇ ਦੋ ਖੰਭੇ ਟੁੱਟ ਕੇ ਸੜਕ ਦੇ ਉੱਤੇ ਡਿੱਗ ਜਾਂਦੇ ਨੇ। ਖੰਭੇ ਟੁੱਟਦੇ ਹੀ ਪੂਰੇ ਇਲਾਕੇ ਦੇ ਵਿੱਚ ਰਾਤ ਭਰ ਬਿਜਲੀ ਨਹੀਂ ਆਈ। ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਕਾਰ ਨੂੰ ਕਬਜ਼ੇ ਦੇ ਵਿੱਚ ਲੈ ਕੇ ਕਾਰ ਚਾਲਕ ਦੀ ਪਛਾਣ ਕਰਨੀ ਜਿਹੜੀ ਸ਼ੁਰੂ ਕਰਦੇ, ਦੱਸਿਆ ਜਾ ਰਿਹਾ ਕਿ ਕਾਰ ਚਾਲਕ ਇੰਨਾ ਸ਼ਰਾਬੀ ਸੀ, ਇੰਨੀ ਸ਼ਰਾਬ ਪੀਤੀ ਸੀ ਉਸਨੇ ਕਿ ਉਹ ਬੇਹੋਸ਼ ਹੋ ਗਿਆ ਤੇ ਕਾਰ ਪਹਿਲਾਂ ਇੱਕ ਖੰਭੇ ਦੇ ਨਾਲ ਟਕਰਾਈ, ਜਿਸ ਤੋਂ ਬਾਅਦ ਕਾਰ ਦੂਜੇ ਖੰਭੇ ਦੇ ਨਾਲ ਟਕਰਾਈ, ਇਸ ਤੋਂ ਬਾਅਦ ਖੰਭੇ ਤੋਂ ਜ਼ੋਰਦਾਰ ਧਮਾਕਾ ਹੋਇਆ ਤੇ ਫਿਰ ਬਿਜਲੀ ਚਲੀ ਜਾਂਦੀ ਹੈ। ਚਾਰ ਜਿਹੜਾ ਕਾਰ ਚਾਲਕ ਹੁੰਦਾ ਮੌਕੇ ਤੇ ਕਾਰ ਛੱਡ ਕੇ ਫਰਾਰ ਵੀ ਹੋ ਜਾਂਦਾ ਕਾਰ ਦੇ ਟਕਰਾਉਣ ਦੇ ਨਾਲ। ਜਿਵੇਂ ਹੀ ਖੰਭੇ ਸੜਕ ਦੇ ਉੱਤੇ ਡਿੱਗ ਜਾਂਦੇ ਨੇ ਤਾਂ ਸੜਕ ਦੇ ਉੱਤੇ ਤਾਰਾਂ ਦਾ ਜਾਲ ਵਿਛ ਜਾਂਦਾ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਲੋਕ ਦੇਖ ਕੇ ਹੈਰਾਨ ਨੇ ਇਸ ਨੂੰ, ਜਿਸ ਕਾਰਨ ਆਰਤੀ ਚੌਕ ਜਿਹੜਾ ਘੁਮਾਰ ਮੰਡੀ ਤੱਕ ਸੜਕ ਜਾਮ ਹੋ ਜਾਂਦੀ ਹੈ। ਸੂਚਨਾ ਮਿਲਣ ਤੇ ਬਿਜਲੀ ਵਿਭਾਗ ਦੇ ਕਰਮਚਾਰੀ ਮੌਕੇ ਤੇ ਪਹੁੰਚਦੇ ਨੇ ਅਤੇ ਖੰਭਿਆਂ ਦੀ ਮੁਰੰਮਤ ਕਰਨ ਦੇ ਵਿੱਚ ਲੱਗੇ ਹੋਏ ਨੇ। ਹੁਣ ਸੁਣ ਲੈਂਦੇ ਹਾਂ ਕਿ ਉੱਥੇ ਦੇ ਲੋਕਾਂ ਦਾ ਕੀ ਕੁਝ ਕਹਿਣਾ। ਸਰ, ਮੇਰੀ ਆ ਦੁਕਾਨ ਆ ਪਿੰਕ ਸਿਟੀ, ਮੈਂ ਡੇਲੀ 'ਚ ਮੈਂ ਦੁਕਾਨ ਖੋਲ੍ਹਣ ਆਉਂਦਾ, ਚਾਬੀ ਲੈ ਕੇ 9:30 ਆਇਆ ਅਤੇ ਮੈਂ ਵੇਖਿਆ ਖੰਭੇ ਸਾਰੇ ਗਿਰੇ ਹੋਏ ਆ ਅਤੇ ਬਿਜਲੀ ਵਾਲੇ ਇੱਕ ਦੋ ਖੜੇ ਸੀਗੇ। ਮੈਂ ਜਿਹੜਾ ਰਾਤ ਚੌਕੀਦਾਰੀ ਕਰਦਾ ਮਾਰਕੀਟ ਦਾ, ਉਹਨੂੰ ਪੁੱਛਿਆ ਗਾਰਡ ਨੂੰ ਕੀ ਹੋਇਆ, ਕਹਿੰਦਾ ਰਾਤੀ ਕੋਈ ਗੱਡੀ ਮਾਰ ਗਿਆ ਅਤੇ ਮੈਨੂੰ ਨਹੀਂ ਪਤਾ ਨੰਬਰ, ਉਹ ਬੜੀ ਤੇਜ਼ੀ ਨਾਲ ਭੱਜ ਗਿਆ ਗੱਡੀ। ਫਿਰ ਮੈਂ ਆਰਤੀ ਚੌਕ 'ਤੇ ਪੁਲਿਸ ਵਾਲੇ ਖੜੇ ਸੀਗੇ, ਮੈਂ ਉਹਨਾਂ ਨੂੰ ਕਿਹਾ ਸਰ ਉੱਥੇ ਬੈਰੀਕੇਡ ਲਾ ਦਿਉ, ਤਾਰਾਂ ਤੂਰਾਂ ਗਿਰੀ ਹੋਈ ਆ। ਪੁਲਿਸ ਵਾਲੇ ਕਹਿੰਦੇ ਤੈਨੂੰ ਜ਼ਿਆਦਾ ਗੱਲ ਹੀ ਪਈ ਹੈ, ਤੂੰ ਆਪਣੀ ਐਕਟਿਵਾ ਲਾ ਦੇ। ਅਸੀਂ ਫੋਨ ਕੀਤੀ ਹੈ, ਬੈਰੀਕੇਡ ਵਾਲੇ ਨੇ ਆ ਜਾਣਗੇ। ਲੇਕਿਨ ਬਿਨਾਂ ਬੈਰੀਕੇਡ ਤੇ ਖੜੇ ਨੇ, ਕੋਈ ਬੈਰੀਕੇਡ ਵਗੈਰਾ ਨਹੀਂ ਲੱਗੀ। ਫਿਰ ਮੈਂ ਪਹਿਲੀ ਮਾਰਕੀਟ ਚ ਪਤਾ ਕੀ ਕਸਟਮਰ ਹੈ ਨੀ, ਉੱਥੋਂ ਸਵੇਰ ਦਾ ਲਾਈਟ ਨੀ ਆ, ਇੰਨੀ ਗਰਮੀ ਹੈ, ਨਾ ਕੋਈ ਪੱਖੇ ਨਾ ਪੁੱਖੇ ਕੁਛ ਨਹੀਂ ਚੱਲ ਰਿਹਾ। ਇਹ ਕਹਿੰਦੇ ਹਾਲੇ ਕੁਛ ਵੀ ਨਹੀਂ ਜੀ, ਸਾਨੂੰ ਸਟਾਰਟਿੰਗ ਦਾ ਪਤਾ, ਅਤੇ ਦੇਖ ਲਓ ਤੁਸੀਂ ਟਾਈਮ ਲੱਗ ਜਾਣਾ। ਕਹਿੰਦੇ 4 ਵੀ ਵੱਜ ਸਕਦਾ, 2 ਵੀ ਵੱਜ ਸਕਦਾ, ਅੱਜ ਦੀ ਦਿਹਾੜੀ ਸਾਰੀ ਖਰਾਬ ਹੋ ਗਈ। ਹਾਂਜੀ ਸਰ, ਨੁਕਸਾਨ ਹੀ ਹੈ ਸਰ, ਬਿਜ਼ਨਸ ਨੂੰ ਤਾਂ ਨੁਕਸਾਨ, ਉਸ ਤੋਂ ਬੜੀ ਬਾਤ ਇਹ ਹੈ ਕਿ ਜਿਹੜੀ ਜਾਨੀ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ, ਇਹ ਬਸ ਸ਼ੁਕਰ ਕਰੋ ਕਿ ਕੋਈ ਕਿਸੇ ਬੰਦੇ। ਹਾਂ ਸਰ, ਅਸੀਂ ਆਪਣੀ ਦੁਕਾਨ ਦੇ ਕੈਮਰੇ ਦੇ ਚੈੱਕ ਕੀਤਾ, ਕੋਈ ਵਾਈਟ ਕਲਰ ਦੀ SUV ਗੱਡੀ ਹੈ, ਉਹਨੂੰ ਅੱਗੇ ਪੁਲਿਸ ਹੀ ਕਿਸੇ ਕੈਮਰੇ ਤੋਂ ਚੈੱਕ ਕਰਕੇ ਦੱਸ ਸਕਦੀ ਹੈ ਨੰਬਰ ਵਗੈਰਾ ਕਿਹਦਾ ਹੈ, ਕਿਉਂ ਹੋਇਆ। ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ, ਸਪਲਾਈ ਵੀ ਬੰਦ ਰਹੀ ਆ, ਕਾਫੀ ਟ੍ਰਾਂਸਫਾਰਮ ਬੰਦ ਰਹੇ ਨੇ, ਤੇ ਹੁਣ ਸਾਡੀ ਪੂਰੀ ਕੋਸ਼ਿਸ਼ ਆ ਵੀ ਜਲਦੀ ਤੋਂ ਜਲਦੀ 2-4 ਘੰਟੇ ਦੇ ਵਿੱਚ ਕੰਮ ਅਸੀਂ ਚਲਾ ਦਾਂਗੇ, ਸਪਲਾਈ ਚਾਲੂ ਕਰ ਦਾਂਗੇ। ਪਤਾ ਲੱਗਾ ਸਰ ਕਿੱਦਾਂ ਨੁਕਸਾਨ ਹੋਇਆ ਦਾ, ਤਾਂ ਕਿਹੜਾ ਬੰਦਾ ਸੀਗਾ ਫੜਿਆ ਫੜਿਆ ਗਿਆ? ਬੰਦਾ ਗੱਡੀ ਰਿਪੋਰਟ ਹੋ ਗਈ ਹੈ ਜੀ, ਗੱਡੀ ਕਬਜ਼ੇ 'ਚ ਹੈ ਜੀ ਪੁਲਿਸ ਵਾਲਿਆਂ ਦੇ, ਤੇ ਉਸ ਤੋਂ ਬਾਅਦ ਦੇਖੋ ਕੀ ਬਣਦਾ। ਹਾਂਜੀ ਹਾਂਜੀ ਹਾਂਜੀ। ਕਿੰਨਾ ਕੁ ਬਿਜਲੀ ਵਾਲਿਆਂ ਦਾ ਨੁਕਸਾਨ ਹੋਇਆ ਸੀ? ਬਿਜਲੀ ਵਾਲਿਆਂ ਦਾ ਤਕਰੀਬਨ 1.25 ਲੱਖ ਦੇ ਕਰੀਬ ਹੋ ਗਿਆ ਜੀ। ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ, ਜਿੰਨਾ ਵੀ ਹੋ ਸਕੇ। ਹਾਂਜੀ ਹਾਂਜੀ, ਸਿਰਫ 2-3 ਘੰਟੇ ਦੇ ਵਿੱਚ। ਨਵਾਂ ਨਹੀਂ ਜੀ, ਉਹੀ ਮੈਂਟੇਨੈਂਸ ਕਰਾਂਗੇ। ਹਾਂਜੀ ਹਾਂਜੀ। 12 ਵਜੇ ਹੋਇਆ, ਕੋਈ ਗੱਡੀ ਵੱਜੀ ਆ,
ਤੇ ਹੁਣ ਪ੍ਰੋ ਚੱਲ ਰਿਹਾ, ਕੰਮ ਚੱਲ ਰਿਹਾ ਬੜੇ ਜ਼ੋਰਾਂ ਸ਼ੋਰਾਂ 'ਤੇ, ਫਿਰ ਵੀ 3-4 ਘੰਟੇ ਲੱਗਣਗੇ। ਇਹਨਾਂ ਨੂੰ ਦੁਕਾਨਦਾਰਾਂ ਨੂੰ ਆਸ਼ਵਾਸਨ ਦਿੱਤਾ ਕਿ ਜਲਦੀ ਤੋਂ ਜਲਦੀ ਕੋਸ਼ਿਸ਼ ਕਰੇ ਕਿ ਕੰਮ ਖਤਮ।